ਪੰਜ ਫਿਟਨੈਸ ਫਰੀਕਸ ਦੇ ਲਈ ਮੈਂ ਪਹੁੰਚ ਗਈ ਹਾਂ ਜੀ ਕਪੂਰਥਲਾ ਦੇ ਪਾਵਰ ਜ਼ੋਨ ਜਿਮ ਦੇ ਵਿੱਚ ਜੋ ਕਿ ਜ਼ਲੋਖਾਨਾ ਚੌਂਕ ਆਪੋਜ਼ਿਟ ਬੀਚ ਰੋਡ ਹੈ। ਜੀ ਮੈਂ ਤੁਹਾਨੂੰ ਦੱਸਦਾ ਇੱਥੇ ਜੇਕਰ ਤੁਸੀਂ ਆਪਣੀ ਸਿਹਤ ਬਣਾਉਣੀ ਚਾਹੁੰਦੇ ਹੋ ਜੀ, ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੁੰਦੇ ਹੋ, ਫਿਰ ਤੁਸੀਂ ਇਸਨੂੰ ਜੁਆਇਨ ਕਰ ਸਕਦੇ ਹੋ। ਬਟ ਇਸ ਦੇ ਨਾਲ ਇੱਥੇ ਐਰੋਬਿਕਸ, ਭੰਗੜਾ ਕਲਾਸਿਸ ਦੇ ਨਾਲ ਨਾਲ ਤਾਇਕਵਾਂਡੋ ਵੀ ਸਿਖਾਇਆ ਜਾਂਦਾ ਹੈ। ਚਲੋ ਕਰਦੇ ਹਾਂ ਜੀ ਪਾਵਰ ਜ਼ੋਨ ਜਿਮ ਦੀ ਸੈਰ। ਪਾਵਰ ਜ਼ੋਨ ਦੇ ਵਿੱਚ ਜੇਕਰ ਮੈਂ ਇੰਟਰ ਕਰ ਹੀ ਚੁੱਕੀ ਹਾਂ, ਕਈ ਟਿਪਸ ਤੋਂ ਤੁਹਾਨੂੰ ਮੈਂ ਜਾਣੂ ਕਰਵਾ ਦਾਂ, ਕਈ ਫੈਸਿਲਿਟੀਜ਼ ਤੋਂ ਵੀ ਤੁਹਾਨੂੰ ਜਾਣੂ ਕਰਵਾ ਦਾਂ, ਬਟ ਉਹ ਲੇਟਰ ਔਨ। ਬਟ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਪਾਵਰ ਜ਼ੋਨ ਨੇ ਕਪੂਰਥਲੇ ਦੇ ਵਿੱਚ ਨੈਸ਼ਨਲ ਇੰਟਰਨੈਸ਼ਨਲ ਪਲੇਅਰਸ ਵੀ ਕੱਢੇ ਨੇ, ਨਾਲ ਦੀ ਨਾਲ ਜੀ ਬਿਹਤਰੀਨ ਇੰਸਟ੍ਰਕਟਰ ਦੀ ਟੀਮ ਅਤੇ CCTV ਕੈਮਰਿਆਂ ਦੇ ਨਾਲ ਤੁਹਾਨੂੰ ਫੁੱਲ ਸਿਕਿਓਰ ਕਰਦਾ ਪਾਵਰ ਜ਼ੋਨ। ਜੇਕਰ ਮਸ਼ੀਨਸ ਦੀ ਗੱਲ ਕੀਤੀ ਜਾਵੇ, ਇਹਨਾਂ ਦੀਆਂ ਸਾਰੀਆਂ ਮਸ਼ੀਨ ਜਿਹੜੀਆਂ ਕਿ ਇੰਪੋਰਟ ਕਰਵਾਈ ਗਈਆਂ ਨੇ ਸਪੈਸ਼ਲੀ ਜਰਮਨ ਤੋਂ। ਇਸ ਦੇ ਨਾਲ ਹੀ ਜੈਨ ਸੈਕਸ਼ਨ ਨੂੰ, ਲੇਡੀਜ਼ ਸੈਕਸ਼ਨ ਨੂੰ ਅਤੇ ਬੱਚਿਆਂ ਦੇ ਸੈਕਸ਼ਨ ਨੂੰ ਵੀ ਅਲੱਗ। ਤੁਸੀਂ ਇੱਕ ਜਿਮ ਜੁਆਇਨ ਕਰਦੇ ਹੋ, ਜਿਮ ਜੁਆਇਨ ਕਰਨ ਤੋਂ ਬਾਅਦ ਬਹੁਤ ਸਾਰੇ ਬੈਨੀਫਿਟਸ ਹੁੰਦੇ ਆ, ਤੁਹਾਡੀ ਬੋਡੀ ਜਿਹੜੀ ਕਿ ਸ਼ੇਪ ਦੇ ਵਿੱਚ ਆ ਜਾਂਦੀ ਹੈ, ਸਟੈਮਿਨਾ ਮਜ਼ਬੂਤ ਹੋ ਜਾਂਦਾ ਅਤੇ ਬਹੁਤ ਸਾਰੀਆਂ ਚੀਜ਼ਾਂ। ਬਟ ਜਿਮ ਦੇ ਵਿੱਚ ਜਿਹੜੀਆਂ ਕਿ ਮੇਨ ਮੈਂ ਗੱਲਾਂ ਕਰਾਂ, ਜਿਸ ਦੇ ਬਾਰੇ ਮੈਂ ਕਹਿਣਾ ਚਾਹਾਂਗੀ, ਇੰਸਟਰਕਚਰ ਅੱਛੇ ਹੋਣੇ ਚਾਹੀਦੇ ਨੇ, ਜਿਹੜੀਆਂ ਦੇ ਮਸ਼ੀਨਸ ਨੇ ਜਿਹੜੇ ਇੰਪੋਰਟ ਕਰਵਾਈਆਂ ਗਈਆਂ ਨੇ ਉਹ ਅੱਛੀਆਂ ਹੋਣੇ ਚਾਹੀਦੇ, ਉਸ ਦੇ ਬਾਰੇ ਨੌਲੇਜ ਦੇਣਗੇ ਜੀ ਇੱਥੋਂ ਦੇ ਇੰਸਟਰਕਟਰ। ਹੈਲੋ ਮੈਮ। ਹੈਲੋ ਮੈਮ, ਤੁਹਾਡਾ ਨਾਮ? ਮਨਪ੍ਰੀਤ ਕੌਰ। ਓਕੇ ਮਨਪ੍ਰੀਤ ਜੀ, ਤੁਸੀਂ ਪਾਵਰ ਜ਼ੋਨ ਜਿਮ ਬਾਰੇ ਕੀ ਕਹਿਣਾ ਚਾਹੋਗੇ? ਮੈਮ, ਇੱਥੇ ਸਾਨੂੰ ਫੁੱਲ ਫੈਸਿਲਿਟੀਜ਼ ਮਿਲਦੀਆਂ ਪਈਆਂ ਜਾਂ ਕੋਈ ਪ੍ਰੋਬਲਮ ਨਹੀਂ ਇੱਦਾਂ ਦੀ, ਮਤਲਬ ਇੱਕ ਇਹ ਨਹੀਂ ਕਿ ਇਕੱਲਾ ਜਿਮਿੰਗ ਹੀ ਆ, ਅਦਰਵਾਈਜ਼ ਇੱਥੇ ਕਾਫੀ ਤਰ੍ਹਾਂ ਦੀਆਂ ਹੋਰ ਫੈਸਿਲਿਟੀਜ਼ ਮਿਲਦੀਆਂ ਪਈਆਂ, ਭੰਗੜਾ ਕਲਾਸਿਸ ਸਪੈਸ਼ਲ ਲੱਗਦੀਆਂ, ਐਰੋਬਿਕ ਕਲਾਸਿਸ ਵੀ ਲੱਗਦੀਆਂ ਪਈਆਂ ਆ, ਔਰ ਸਪੈਸ਼ਲ ਬੱਚਿਆਂ ਦੇ ਲਈ ਮਾਰਸ਼ਲ ਆਰਟ ਵੀ ਆ। ਜੀ ਦਰਸ਼ਕੋ, ਜੇਕਰ ਤੁਸੀਂ ਵੀ ਕੋਈ ਬੈਸਟ ਜਿਮ ਦੇਖ ਰਹੇ ਹੋ ਕਪੂਰਥਲੇ ਦੇ ਵਿੱਚ, ਫਿਰ ਮੈਨੂੰ ਲੱਗਦਾ ਤੁਹਾਨੂੰ ਪਾਵਰ ਜ਼ੋਨ ਕਦੇ ਵੀ ਮਿਸ ਨਹੀਂ ਕਰਨਾ ਚਾਹੀਦਾ। ਮੈਡਲ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਗੋਲਡ ਮੈਡਲਿਸਟ ਜੀ ਇਹਨਾਂ ਨੇ ਪੰਜਾਬ ਦੀ ਝੋਲੀ ਪਾਏ ਨੇ ਜੀ, ਉਹਨਾਂ 'ਚੋਂ ਪਵਨਦੀਪ ਜੀ ਰੰਧਾਵਾ ਇੱਕ ਨੇ, ਅਤੇ ਗੱਲਬਾਤ ਕਰਦੇ ਹਾਂ ਜੀ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ, ਕੀ ਪਾਵਰ ਜ਼ੋਨ ਬਾਰੇ ਕੀ ਕਹਿਣਾ ਚਾਹੋ? ਪਾਵਰ ਜ਼ੋਨ ਇੱਕ ਬਹੁਤ ਹੀ ਵਧੀਆ ਪਲੇਟਫਾਰਮ ਆ, ਇੱਥੇ ਐਵਰੀਥਿੰਗ ਤੁਸੀਂ ਇੱਕ ਹੀ ਫਲੋਰ ਵਿੱਚ ਤੁਸੀਂ ਬਹੁਤ ਕੁਝ ਸਿੱਖ ਸਕਦੇ ਆ। ਪੇਰੈਂਟਸ ਲਈ, ਜੇ ਤੁਹਾਡੇ ਬੱਚੇ ਕਰਾਟੇ ਕਰ ਰਿਹਾ ਤਾਂ ਪੇਰੈਂਟਸ ਲਈ ਵੀ ਸਾਰੀਆਂ ਫੈਸਿਲਿਟੀਜ਼ ਹੈਗੀਆਂ, ਜਿਮ ਕਰ ਸਕਦੇ, ਭੰਗੜਾ ਕਰ ਸਕਦੇ, ਕ੍ਰੋਸਫਿੱਟ ਕਰ ਸਕਦੇ। ਸੋ ਮੈਂ ਇਹੀ ਕਹੂੰਗਾ ਵੀ ਇੱਕੋ ਬਿਲਡਿੰਗ ਵਿੱਚ ਤੁਸੀਂ ਇੱਥੇ ਸਭ ਕੁਝ ਹੈਗਾ, ਸਭ ਕੁਝ ਸਿੱਖ ਸਕਦੇ। ਜੀ ਤੁਸੀਂ ਐਰੋਬਿਕਸ, ਭੰਗੜਾ ਅਤੇ ਇਸ ਦੇ ਨਾਲ ਦੀ ਜਿਮਿੰਗ 'ਤੇ ਵੀ ਨਜ਼ਰ ਮਾਰੀ, ਬਟ ਮੈਂ ਹੁਣ ਤੁਹਾਨੂੰ ਦਿਖਾਉਣ ਜਾ ਰਹੀ ਹਾਂ ਜੀ ਤਾਇਕਵਾਂਡੋ, ਛੋਟੇ ਛੋਟੇ ਬੱਚੇ ਕਰ ਰਹੇ ਨੇ। Hi,
Hi, this is Isha Sharma and I'm Miss PTC Punjabi 2017 second runner-up. My personal experience in Power Zone was very wonderful because they have given us so many facilities like taekwondos, martial arts, gymming, bhangra classes and everything. My personal advice, if you want to look good and perfect, please join Power Zone. And the girls should also come here for their self-defense. Thank you. Students, Power Zone de managing director Rajesh Sharma ji mere naal ne gal baat karange ji unna de naal te main vi janna chahni ha ji unna de achievements bare. Sab to pehla sir eh dasso ki Power Zone jadon tusi start kita kis idea naal shuru kita si? ਮੈਂ ਤਾਂ ਛੋਟੇ ਹੁੰਦੇ ਆਪਣੇ ਮਾਰਸ਼ਲ ਆਰਟ ਗੇਮ ਕਰਦਾ ਸੀਗਾ, ਉਸ ਤੋਂ ਬਾਅਦ ਜਿੰਮ ਦਾ ਮੈਨੂੰ ਸ਼ੌਂਕ ਹੋ ਗਿਆ ਕਿਉਂਕਿ ਮੈਂ ਲਾਸਟ ਟਾਈਮ ਇਹਦੀ ਇੰਟਰਵਿਊ ਇੱਕ ਵਾਰੀ ਹੋਈ ਸੀ, ਮੈਂ ਖੁਦ ਦਾ ਆਪਣਾ ਸਟੇਡੀਅਮ ਖੋਲ੍ਹਣਾ ਚਾਹੁੰਦਾ ਉੱਥੇ। ਸਰ ਮੈਂ ਤੁਹਾਡੀ ਲਾਈਫ ਦੇ ਅਚੀਵਮੈਂਟਸ ਬਾਰੇ ਗੱਲ ਕਰਨਾ ਚਾਹਾਂ ਤਾਂ ਕਿਹੜੀਆਂ ਕਿਹੜੀਆਂ ਅਚੀਵਮੈਂਟ ਹੁਣ ਤੱਕ ਤੁਸੀਂ? ਮੈਂ ਇੰਡੀਆ ਦਾ ਬੈਸਟ ਫਾਈਟਰ ਰਹਿ ਚੁੱਕਾ ਹੈਗਾ 92 ਦੇ ਵਿੱਚ, 96 ਦੇ ਵਿੱਚ ਮੈਂ ਜਿੰਮ ਖੋਲ੍ਹਿਆ ਹੈਗਾ ਅਤੇ ਮੇਰੇ ਜਿੰਮ ਨੂੰ ਘੱਟੋ ਘੱਟ 20-22 ਸਾਲ ਤੋਂ ਉੱਤੇ ਹੋ ਚੁੱਕੇ ਹੈਗੇ। ਸਰ ਆਪਣੇ ਇਕਿਪਮੈਂਟਸ ਜਿਹੜੇ ਤੁਸੀਂ ਜਿੰਮ ਦੇ ਅੰਦਰ ਲਗਾਏ ਹੋਏ ਉਸ ਦੇ ਬਾਰੇ ਅਤੇ ਆਪਣੇ ਇੰਸਟਰਕਟਰਸ ਬਾਰੇ ਕੀ ਕਹਿਣਾ ਚਾਹੋਗੇ? ਜਿਹਦੇ ਮਸ਼ੀਨਾਂ ਲਗਾਈਆਂ ਹੋਈਆਂ ਸਾਰੀਆਂ ਮੇਰੇ ਇੰਟਰਨੈਸ਼ਨਲ, ਮੈਂ ਜਰਮਨ ਤੋਂ ਇੰਪੋਰਟ ਕੀਤੀਆਂ ਹੋਈਆਂ ਆ ਸਾਰੇ। ਜਿਹਦੇ ਮੇਰੇ ਇੰਸਟ੍ਰਕਟਰ ਹੈਗੇ ਇੱਥੇ ਘੱਟੋ ਘੱਟ 14 ਇੰਸਟ੍ਰਕਟਰ ਹੈਗੇ ਆ, ਲੇਡੀ ਇੰਸਟ੍ਰਕਟਰ ਅਲੱਗ ਹੈਗਾ ਆ, ਜੈਂਟਸ ਦੇ ਅਲੱਗ ਹੈਗੇ, ਹਰ ਚੀਜ਼ ਦਾ ਹੈਗਾ, ਜਾਂ ਮਾਰਸ਼ਲ ਆਰਟ ਦੇ ਇੰਸਟ੍ਰਕਟਰ ਮੇਰੇ ਅਲੱਗ ਹੈਗੇ। ਸਰ ਪਾਵਰ ਜ਼ੋਨ ਦੇ ਇੱਕ ਮੈਂਬਰਸ਼ਿਪ ਪਲਾਨ ਦੀ ਮੈਂ ਗੱਲ ਕਰਾਂ, ਜਦੋਂ ਅਸੀਂ ਕਿਤੇ ਵੀ ਕਿਸੇ ਚੀਜ਼ ਨੂੰ ਜੁਆਇਨ ਕਰਦੇ ਹਾਂ ਸਾਨੂੰ ਇਹੀ ਹੁੰਦਾ ਕਿ ਇਹ ਤੋਂ ਮੈਨੂੰ ਅੱਛੇ ਬੈਨੀਫਿਟਸ ਮਿਲਣ, ਅਤੇ ਤੁਸੀਂ ਉਸਦਾ ਮੈਂਬਰਸ਼ਿਪ ਪਲਾਨ ਕਿਵੇਂ ਰੱਖਿਆ ਅਕੋਰਡਿੰਗ ਟੂ ਬਜਟ? ਮੈਂ ਪਰ ਮੰਥ ਅਤੇ 3 ਮੰਥ ਦਾ ਪਲਾਨ ਰੱਖਿਆ ਹੈਗਾ ਆ। ਮੈਂ ਬਹੁਤ ਘੱਟ ਨਿਵੀਰ ਰੇਟ ਰੱਖੇ ਹੈਗੇ ਕਿ ਹਰ ਬੱਚਾ ਆਪਣਾ ਕਿ ਮਿਡਲ ਕਲਾਸ ਵਾਲਾ ਵੀ ਅਪਰ ਵਾਲਾ ਵੀ ਆ ਕੇ ਆਪਣਾ ਸਾਨੂੰ ਜੁਆਇਨ ਸਟੂਡੈਂਟਸ। ਕੀ ਤੁਸੀਂ ਦੇਖਦੇ ਹੋ ਜੀ ਆਪਣਾ ਕਰੀਅਰ ਕਿਸੇ ਨੈਸ਼ਨਲ ਇੰਟਰਨੈਸ਼ਨਲ ਪਲੇਅਰ ਦੇ ਵਿੱਚ, ਜੀ ਆਪਣਾ ਫਿਊਚਰ ਜੇਕਰ ਤੁਸੀਂ ਦੇਖਦੇ ਹੋ ਤੁਹਾਨੂੰ ਵੀ ਕੋਈ ਬੈਸਟ ਜਿੰਮ ਬੈਸਟ ਟ੍ਰੇਨਿੰਗ ਸੈਂਟਰ ਜੁਆਇਨ ਕਰ ਲੈਣਾ ਚਾਹੀਦਾ? ਅਕੋਰਡਿੰਗ ਟੂ ਮੀ ਕਪੂਰਥਲਾ ਦੇ ਵਿੱਚ ਪਾਵਰ ਜ਼ੋਨ ਬੈਸਟ ਹੈ। ਇਸ ਦੇ ਨਾਲ ਸੰਪਰਕ ਕਰਨ ਦੇ ਲਈ ਤੁਸੀਂ ਹੇਠ ਲਿਖੇ ਨੰਬਰ 'ਤੇ ਇਹਨਾਂ ਨੂੰ ਕਾਲ ਵੀ ਕਰ ਸਕਦੇ ਹੋ। ਬਟ ਕਪੂਰਥਲੇ ਦਾ ਵਿਜ਼ਿਟ ਕਰਨਾ, ਹਾਲੇ ਦੇਖਣਾ ਕਪੂਰਥਲੇ ਦੇ ਸਫ਼ਰ ਦੇ ਵਿੱਚ ਕੀ ਕੁਝ ਖਾਸ ਹੈ ਉਹ ਬਾਕੀ ਹੈ।